ਉਹ ਪੰਜਾਂ ਦੀਆਂ ਕੁੜੀਆਂ ਸਬਾਬ ਰਾਹ ਹੋਣ ਕਿੱਥਿਆਂ ਕੋਈ ਸਹੁਰੇ ਗਈਆਂ ਕੋਈ ਫੇਕੇ ਰਹੀਆਂ ਕੋਈ ਮਰ ਕੇ ਰਾਹ ਪਈਆਂ ਵਿਛੜ ਗਏ ਤੋਤੇ ਵਿਛੜੇ ਡਾਰੋ ਪਾਈਆਂ ਨਾਲ ਪਾਈ ਵਿਛੜ ਗਏ ਕਰਮ ਜਨਾ ਦੇ ਮਾੜੇ ਮਾਵਾਂ ਨਾਲੋਂ ਤੀਆਂ ਵਿਛੜ ਗਈਆਂ ਕਰਮ ਜਨਾ ਦੇ ਮਾੜੇ ਮੈਨੂੰ ਨਹੀਂ ਯਾਦ ਰਿਹਾ ਵੀ ਲੌਂਗਾਂ ਦੀ ਬਾੜੇ ਗਾਡਾ ਜੰਝ ਬੇੜੇ ਨੂੰ ਆਈ ਲੌਂਗਾਂ ਦੀ ਬਾੜੇ ਗਾਡਾ ਜੰਝ ਬੇੜੇ ਨੂੰ ਆਈ ਅਮਦੀ ਨੂੰ ਆਵਣੀ ਦੇਵਾ ਬਾਬਲ ਸੱਦੇ ਬੁਲਾਈ ਲੌਂਗਾਂ ਦੇ ਬਾੜੇ ਗੱਡਾ ਜੰਝ ਬੇੜੇ ਨੂੰ ਆਈ ਅਮਦੀ ਨੂੰ ਆਵਣੀ ਦੇਵਾ ਨੂਰਮਾ ਸੱਦੇ ਬੁਲਾਈ ਦਰਦ ਪੰਜਾਬ ਨੂੰ ਵੇਖਣ ਲਈ ਇਹਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦੇ ਬਟਨ ਨੂੰ ਦੱਬੋ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਕੋਲ ਆਸਾਨੀ ਨਾਲ ਪਹੁੰਚ ਜਾਵੇ। ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਮੈਂ ਤੁਹਾਡਾ ਆਪਣਾ ਵੀਰ ਖਾਲਿਦ ਗੁੱਜਰ ਹਿੱਸੋ ਵਾਲੀਆ ਅੱਜ ਇੱਕ ਵਾਰੀ ਫਿਰ ਆਪਣੇ ਜ਼ਿਲ੍ਹੇ ਤੋਂ ਬਹੁਤ ਦੂਰ ਗੁਜਰਾਂ ਵਾਲੇ ਦੇ ਨਜ਼ਦੀਕ ਗੱਖੜ ਮੰਡੀ ਦੇ ਨਜ਼ਦੀਕ ਇੱਕ ਪਿੰਡ ਜਲਾਲ ਬਲੱਗਣ ਇੱਥੇ ਆ ਕੇ ਬੈਠੇ ਹਾਂ। ਇੱਥੇ ਇੱਕ ਸਾਡੇ ਬਜ਼ੁਰਗ ਚੌਧਰੀ ਮੁਬਾਰਕ ਅਲੀ ਗੁੱਜਰ ਸਾਹਿਬ, ਜਿਨ੍ਹਾਂ ਦੇ ਛੋਟੇ ਭਾਈ ਚੌਧਰੀ ਨੂਰ ਮੁਹੰਮਦ ਗੁੱਜਰ, ਜਿਹੜੇ ਕਿ ਚੜ੍ਹਦੇ ਪੰਜਾਬ 1947 ਦੇ ਵਡਾਂਗੇ ਦੇ ਵਿੱਚ ਰਹਿ ਗਏ, ਸਾਡੇ ਦੋਸਤ ਸਾਵਲ ਦੰਮੀ ਸਾਹਿਬ ਨੇ ਚੜ੍ਹਦੇ ਪੰਜਾਬ 'ਚ ਉਹਨਾਂ ਦੀ ਵੀਡੀਓ ਰਿਕਾਰਡ ਕਰਕੇ ਅਪਲੋਡ ਕੀਤੀ। ਅਸੀਂ ਅੱਜ ਉਹਨਾਂ ਦੇ ਭਾਈ ਨਾਲ ਉਹਨਾਂ ਦੀ ਮੁਲਾਕਾਤ ਯੂਟਿਊਬ ਦੇ ਥਰੂ ਕਰਾ ਰਹੇ ਹਾਂ। ਆਓ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਇਹਨਾਂ ਦੇ ਪਿਛੋਕੜ ਦੇ ਮੁਤਲਕ, ਉਹਨਾਂ ਬੀਤੀਆਂ ਲਮਹਾਤ ਦੇ ਮੁਤਲਕ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਕਿ 1947 ਦੇ ਟਾਈਮ ਇਹਨਾਂ ਨੇ ਆਪਣੇ ਹੱਡਾਂ 'ਤੇ ਨਿਭਾਏ, ਆਪਣੇ ਖਾਨਦਾਨ ਨੂੰ ਉਸ ਮੁਸੀਬਤ ਦੇ ਵਿੱਚੋਂ ਕੱਢਣ ਵਾਸਤੇ ਕੋਸ਼ਿਸ਼ਾਂ ਕੀਤੀਆਂ। ਅਸਲਾਮੁਅਲੈਕਮ ਜੀ। ਹਾਂਜੀ ਬੋਲੋ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਮੀਆਂ ਜੀ, ਕੀ ਹਾਲ ਆ ਤੁਹਾਡਾ? ਬਹੁਤ ਚੰਗਾ, ਠੀਕ ਠਾਕ। ਮੀਆਂ ਜੀ, ਅੱਜ ਤੁਹਾਡੇ ਕੋਲ ਆਏ ਹਾਂ ਤੁਹਾਡੇ ਪਿਛੋਕੜ ਦੇ ਬਾਰੇ ਜਾਣਨ ਵਾਸਤੇ। ਹਾਂਜੀ। ਸਭ ਤੋਂ ਪਹਿਲਾਂ ਸਾਨੂੰ ਆਪਣੇ ਖਾਨਦਾਨ ਦੇ ਮੁਤਲਕ ਦੱਸੋ। ਇੱਕ ਟਾਈਮ ਅਸੀਂ ਬੈਠੇ ਹਾਂ ਗੁਜਾਰੇ, ਜਲਾਲ ਬਲੱਗਣ। ਜਲਾਲ ਬਲੱਗਣ, ਇਹ ਕਿਹੜੀ ਜਗ੍ਹਾ 'ਤੇ ਆ ਜਲਾਲ ਬਲੱਗਣ? ਜਲਾਲ ਬਲੱਗਣ ਤ੍ਰਿਖੜ ਮੰਡੀ ਦੇ 3 ਮਿੰਟ ਚੜ੍ਹਦੇ ਨੇ। ਤੁਹਾਡੇ ਇਰਦ ਗਿਰਦ ਦੇ ਪਿੰਡਾਂ ਦੇ ਕੋਈ ਨਾਂ ਕੀ ਹੈ? ਪਾਡੇ ਵਾਲਾ, ਕੋਟ ਦੁੱਲਾ, ਅਤੇ ਚੰਦਰ ਕੇ, ਕੋਲੀ ਬਾਖਾ, ਅਤੇ ਖੱਖੀ ਕੀ ਨੌਕਰੀਆਂ। ਅੱਛਾ ਮੀਆਂ ਜੀ, ਸਾਨੂੰ ਥੋੜ੍ਹਾ ਜਿਹਾ ਦੱਸਣਾ ਕਿ ਤੁਹਾਡਾ ਪਿਛੋਕੜ ਦਾ ਜ਼ਿਲ੍ਹਾ ਕਿਹੜਾ ਸੀਗਾ, ਪਿੰਡ ਕਿਹੜਾ ਸੀਗਾ? ਸਾਡਾ ਜੀ ਜਿਲ੍ਹਾ ਸਾਹਿਬ ਹੁਸ਼ਿਆਰਪੁਰ। ਅੱਛਾ। ਤਹਿਸੀਲ ਵੀ ਹੁਸ਼ਿਆਰਪੁਰ ਸੀ ਅਤੇ ਪਿੰਡ ਚੌਂਕੀ ਪਟਿਆਰੀ ਦਾ। ਚੌਂਕੀ ਪਟਿਆਰੀ, ਪਟਿਆਰੀ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਸਾਡੇ ਵਾਲਦ ਸਾਹਿਬ ਦਾ ਨਾਂ ਅਜੀਮ ਬਸ਼ਕ ਸੀ। ਦਾਦਾ ਜੀ ਦਾ ਨਾਂ? ਅਬਦੁੱਲਾ ਸੀ। ਅਬਦੁੱਲਾ। ਕੌਮ? ਗੁੱਜਰ। ਤੁਹਾਡੀ ਗੋਤ ਕਿਹੜੀ ਹੈ ਗੁੱਜਰਾਂ 'ਚ? ਗੁੱਜਰ ਅਸੀਂ ਤੂਰ ਖਾਂਦੇ ਹਾਂ। ਤੂਰ? ਤੂਰ ਕਹਾਉਂਦੇ ਹਾਂ, ਨਹੀਂ ਤੂਰ ਹੈਗੇ ਹਾਂ। ਹੈਗੇ ਨਾ, ਤੂਰ ਹੈਗੇ ਹਾਂ। ਹਾਂ। ਅੱਛਾ, ਇਹ ਦੱਸੋ ਕਿ ਤੁਹਾਡੇ ਤੁਸੀਂ ਕਿੰਨੇ ਭੈਣ ਭਾਈ ਸੀਗੇ ਉੱਥੇ ਹਿੰਦੁਸਤਾਨ 'ਚ? ਅਸੀਂ ਜੀ ਦੋ ਭੈਣਾਂ ਸੀ, ਚਾਚੇ ਦੀ ਧੀਆਂ, ਦੋ ਚਾਚੇ ਦੇ ਪੁੱਤਰ ਸੀ, 7 ਭਰਾ ਸੀ। ਤੁਸੀਂ ਆਪਣੇ 7 ਭਰਾ ਸੀਗੇ? ਹਾਂ ਜੀ। ਅਤੇ ਦੋ ਚਾਚੇ ਦੇ ਪੁੱਤ ਸੀ ਅਤੇ ਦੋ ਚਾਚੇ ਦੀਆਂ ਧੀਆਂ ਸੀਗੀਆਂ। ਅਸੀਂ ਗਹਿਣਾ ਜੀ ਭੈਣ ਭਰਾ ਸੀ ਗਹਿਣਾ। ਜਦੋਂ 1947 ਦੇ ਹਾਲਾਤ ਬਣੇ ਆ, ਹਾਂ ਜੀ, ਤੁਹਾਡੀ ਉਮਰ ਕਿੰਨੀ ਸੀ ਉਦੋਂ? ਉਸ ਵੇਲੇ 12-13 ਸਾਲ ਸੀ। 12-13 ਸਾਲ ਸੀ। ਅਤੇ ਆਪਣੇ ਭਾਈਆਂ ਦੇ ਨਾਂ ਜਿਹੜਾ ਤਰਤੀਬ ਨੂੰ ਦੱਸੋ। ਹਾਂ ਜੀ, ਦੱਸੋ ਦੱਸੋ। ਬੜੇ ਦਾ ਨਾਂ ਅਲੀ ਮੁਹੰਮਦ, ਛੋਟੇ ਦਾ ਨਾਂ ਨਸ਼ਰਦੀਨ, ਉਹਦੇ ਛੋਟੇ ਦਾ ਨਾਂ ਮੇਹਰਦੀਨ, ਉਹਦੇ ਛੋਟੇ ਦਾ ਨਾਂ ਮੁਬਾਰਕ ਅਲੀ, ਉਹਦੇ ਛੋਟੇ ਦਾ ਨਾਂ ਨੂਰ ਮੁਹੰਮਦ, ਉਹਦੇ ਛੋਟੇ ਦਾ ਸ਼ੇਰ ਮੁਹੰਮਦ, ਉਹਦੇ ਛੋਟੇ ਦਾ ਨੂਰਦੀਨ। ਨੂਰਦੀਨ। ਅੱਛਾ, ਜਦੋਂ ਤੁਸੀਂ ਆਪਣੇ ਪਿੰਡ 'ਚੋਂ ਹਾਲਾਤ ਖਰਾਬ ਹੋਏ ਤੁਹਾਡੇ ਉੱਥੇ, ਹਾਂ ਜੀ, ਕੀ ਸੂਰਤ ਹਾਲ ਬਣੀ ਉੱਥੇ? ਸੂਰਤ ਹਾਲ ਵੀ ਸਾਡੀ ਇਸ ਵੇਲੇ ਅਸੀਂ
ਇਹ ਪਹਿਲਾਂ ਤਾਂ 3 ਮਹੀਨੇ ਨਾ ਅੱਗਾਂ ਉੱਗਾਂ ਲੱਗਦੀਆਂ ਰਹੀਆਂ, ਲਾਹਮਣੀ ਲਾਹਮਣੀ ਪਿੰਡੀ ਅੱਛਾ ਅੱਗਾਂ ਲੱਗਣੀ ਜੀ, ਉੱਥੇ ਵੀ ਦਸਾ ਪੈ ਗਿਆ, ਉੱਥੇ ਜਾ ਸਾਡੇ ਪਿੰਡ ਨੇ ਲੱਗਣੀ, ਸਾਡੇ 4 ਪਿੰਡ ਨਿਰ ਅਤੇ ਗੁਜਰਾਂ ਦੇ ਇਕੱਠੇ ਸੀ। ਅੱਛਾ ਅਤੇ ਸਾਡੇ ਮੁਸਲਮਾਨਾਂ ਦੀਆਂ 12 ਬਸੀਆਂ 13 ਜਾਣਾ ਰਾਣੀਆਂ ਦਾ ਸੀ, ਸਾਰੀ ਮੁਸਲਮਾਨੀ ਸੀ। ਉਹ ਪਿੰਡਾਂ ਦੇ ਨਾਂ ਕੀ ਸੀ ਜਿਹੜੇ 4 ਪਿੰਡ ਗੁਜਰਾਂ ਦੇ? ਇਹਨਾਂ ਦਾ ਇੱਕ ਦਾ ਨਾਂ ਸੀਗਾ ਸਾਡੇ ਚੌਂਕੀ ਪਟਾੜੀ, ਇੱਕ ਦਾ ਨਾਂ ਸੀਗਾ ਸੈਨਪੁਰ, ਇੱਕ ਦਾ ਨਾਂ ਸਾ ਰਹਿਮਾਪੁਰ, ਇੱਕ ਦਾ ਨਾਂ ਸਾ ਮਲੋਟ। ਅੱਛਾ 4 ਪਿੰਡ ਕਿੱਥੇ ਗੁਜਰਾਂ ਦੇ। ਅੱਛਾ ਹਾਲਾਤ ਖਰਾਬ ਹੋਏ ਫਿਰ ਕੀ ਹੋਇਆ? ਫਿਰ ਅਸੀਂ ਇਹ ਹੋਇਆ ਵੀ ਫਿਰ ਇਹਨਾਂ ਨੇ ਅੱਗੋਂ ਅੱਗੇ ਲੱਗ ਜਾਂਦੀਆਂ, ਫਿਰ ਲਾਕਡਾਊਨ ਹੋ ਗਿਆ, ਜੇ ਐਲਾਨ ਹੋ ਗਿਆ ਵੀ ਇੱਥੇ ਰਹਿ ਨਹੀਂ ਸਕਦੇ, ਇਹਨੂੰ ਜਾਣਾ ਪੈਣਾ। ਅੱਛਾ ਅਤੇ ਸਾਰਾ ਪਿੰਡ ਸਲਾਹ ਕੀਤੀ ਪਿੰਡ ਨਿਕਲ ਪਿਆ। ਅੱਛਾ ਫਿਰ ਅਸੀਂ ਆ ਗਏ ਫਿਰ ਲੁਧਿਆਣੇ। ਅੱਛਾ ਲੁਧਿਆਣਾ ਰਾਣਿਆਂ ਦਾ ਲੁਧਿਆਣਾ ਸੀ ਨਾ, ਉਹ ਸਾਡੇ 4 ਕਮੀਜ਼ ਆ, ਉੱਥੇ ਸਾਡਾ ਕਾਫਲਾ ਇਕੱਠਾ ਹੋ ਗਿਆ। ਅੱਛਾ ਉੱਥੇ ਫਿਰ ਕਾਫੀ ਦਿਨ ਬਾਰਿਸ਼ਾਂ ਬੁਰਸ਼ਾਂ ਪੈਂਦੀਆਂ ਰਹੀਆਂ ਉੱਥੇ, ਵੀ ਉਹਨੇ ਉਹ ਨਾਸਰ ਖਾਨ ਰਾਣਾ ਸੀਗਾ ਰੇਜਾ ਦੇ ਵਕਤ ਵਿੱਚ ਅਫਸਰ ਰਿਹਾ ਸੀ। ਅੱਛਾ ਉਹਨੇ ਫਿਰ ਕਾਫਲਾ ਨਾ ਸਾਡਾ ਨਾ ਲਿਆਂਦਾ ਫਿਰ ਆਪਣੇ ਜ਼ਰੀਏ ਨਾਲ। ਅੱਛਾ ਉਹਨੇ ਜ਼ਰੀਏ ਨਾਲ ਲਿਆਂਦਾ, ਉਹਨੇ ਕਾਫਲਾ ਕਰਕੇ ਪਿੱਛੇ ਤਾਰਾਂ ਤੂਰਾਂ ਖੜਕਾ ਕੇ ਨਾ ਉਹ ਕਾਫਲਾ, ਕਾਫੀ ਕਾਫਲਾ ਸੀ ਸਾਡਾ, ਕੋਈ ਮੇਰੇ ਖਿਆਲ ਕਿੰਨੇ ਹਜ਼ਾਰਾਂ ਦਾ ਸਾ। ਅੱਛਾ ਉਹ ਇਕੱਠਾ ਕਰਕੇ ਲਿਆਂਦਾ ਸਾ, ਫਿਰ ਅਸੀਂ ਗੱਲ ਇਹ ਕਿ ਉਹ ਕਾਫਲਿਆਂ ਕੋਈ ਨਾਲ ਰਾਜ ਮਰ ਜਾਣਾ ਹੁੰਦਾ ਵਗੇ ਫਿਰ ਤੁਰਨਾ ਨਹੀਂ। ਇਹ ਦੱਸੋ ਹਾਂਜੀ ਕਿ ਜਦੋਂ ਤੁਸੀਂ ਪਿੰਡ 'ਚੋਂ ਆਪਣੇ 'ਚੋਂ ਤੁਰੇ ਹਾਂਜੀ, ਅਤੇ ਤੁਹਾਡਾ ਪਹਿਲਾ ਕੈਂਪ ਕਿੱਥੇ ਲੱਗਿਆ ਸੀਗਾ? ਪਹਿਲਾ ਕੰਮ ਦੇ ਇੱਕ ਝੁੱਗੀਆਂ ਖੁੱਲੀਆਂ ਸੀਗੀਆਂ, ਉੱਥੇ ਇੱਕ ਰਾਤ ਅਸੀਂ ਉੱਥੇ ਕੱਟੀ। ਅੱਛਾ ਦੂਜੀ ਰਾਤ ਨਾਲ ਪਿੰਡ ਸੀਗਾ ਭਜਵਾਨਾਂ ਦੀ ਬਸੀ ਉੱਥੇ ਕੱਟੀ। ਅੱਛਾ ਤੀਜੀ ਰਾਤ ਲੁਧਿਆਣਾ ਜਾ ਕੇ ਉੱਥੇ ਤਾਂ ਕਾਫੀ ਦਿਨ ਹੋਏ। ਕਮਾਲਪੁਰ ਤੋਂ ਕਿੰਨੇ ਫਾਸਲੇ ਤੇ? ਕਮਾਲਪੁਰ ਤਾਂ ਹੁਸ਼ਿਆਰਪੁਰ ਦੇ ਨਾਲ ਇੱਕ ਕਮਾਲ ਕਹਿੰਦੇ, ਕਮਾਲਪੁਰ ਕਹਿੰਦੇ, ਉੱਥੇ ਆ ਕੇ ਕਾਫੀ ਜਿਹਾ ਰਹਿਣਾ। ਅੱਛਾ ਪਹਿਲਾਂ ਹਰਿਆਣੇ ਦੇ ਕਮਾਲਪੁਰ ਆਏ, ਹਰਿਆਣੇ ਤੇ ਪਹਿਲਾਂ ਹਰਿਆਣੇ ਲੱਗਾ ਕੈਂਪ ਸਾਡਾ। ਤੁਹਾਡਾ ਜਦੋਂ ਕੈਂਪ ਜਿੱਥੇ ਤੁਹਾਡੇ ਕੈਂਪ ਦੇ ਉੱਪਰ ਇੱਕ ਹਮਲਾ ਹੋਇਆ ਰਾਤ ਨੂੰ, ਜਿਹਦੇ ਵਿੱਚ ਤੁਹਾਡਾ ਇੱਕ ਭਾਈ ਨੂਰ ਮੁਹੰਮਦ ਉਹ ਤੋਂ ਵਿਛੜਿਆ, ਉਹ ਕਿੱਥੇ, ਉਹ ਕੀ ਹੋਇਆ ਸੀ? ਗੱਲ ਸੁਣ, ਕਾਫਲੇ ਤੇ ਹਮਲਾ ਸਾਡੇ ਤੇ ਨਹੀਂ ਹੋਇਆ, ਇਹ ਮੈਂ ਤੁਹਾਨੂੰ ਦੱਸਦਾ ਕਹਾਣੀ। ਸਾਡੇ 'ਤੇ ਨਹੀਂ ਹਮਲਾ ਹੋਇਆ, ਕਮਾਲਪੁਰ ਆ ਗਿਆ ਜੀ ਸਵੇਰੇ ਕੰਮ ਹੋਇਆ। ਅੱਛਾ ਉਹਦੇ ਗੱਲ ਉਹਦਾ ਛੇੜਖਾਨੀ ਕੰਪ 'ਚ ਹੁੰਦੀ ਰਹੀ ਆ, ਉਹ ਇੱਦਾਂ ਫਿਰਦਾ ਨਹੀਂ ਹੁੰਦਾ ਕੰਪ ਦੇ ਨਾਲ, ਉਹ ਵੀ ਹਲਕਾ ਜਿਹਾ ਸੀਗਾ 10-11 ਸਾਲਾਂ ਦਾ ਸੀ ਨੂਰ ਮੰਜਰ ਦੱਸਾਂ। ਅੱਛਾ ਸਾਡੇ ਇੱਕ ਤਰਖਾਣ ਸੀ ਹਿੰਦੂ ਸਿੱਖ, ਉਹ ਸਾਡਾ ਥੇਪੀ ਸੀਗਾ, ਹਲ ਪੰਜਾਲੀ ਬਣਾਉਣੀ ਹੈ ਜਾਂ ਮੰਜੀਆਂ ਠੋਕਣੀਆਂ, ਉਹ ਸਾਡੇ ਘਰ ਆਉਣ ਜਾਣ ਸੀ ਉਹਦਾ। ਅੱਛਾ ਉਹ ਕਦੇ ਆਇਆ ਫਾਇਦਾ ਤੁਹਾਡਾ ਕੰਪ ਦੇ ਵਿੱਚ? ਅੱਛਾ ਕਿਉਂ ਮੁੰਡਾ ਫਿਰ ਬੁਰਾ ਬੁਰਾ ਬਾਅਦ ਵਿੱਚ ਨਾ ਕੱਢ ਹੀ ਜਾਂਦਾ ਰਹਿੰਦਾ ਸਾ, ਉਹਦੇ ਫਿਰ ਦਿਸ ਗਿਆ ਤਾਂ ਉਹ ਲੈ ਗਿਆ ਨਾਲ। ਅਸੀਂ 3 ਸਾਲੀ ਸਾਨੂੰ ਪਤਾ ਲੱਗਾ ਵੀ ਨੂਰ ਖਾਂ ਜਾਗਾ, ਉਹ ਫਿਰ ਅਸੀਂ ਕੀ ਕੀਤਾ ਵੀ ਇੱਥੇ ਸਾਡਾ ਭਾਈ ਆਇਆ ਵੱਡਾ, ਇਹ 3 ਪਤਾ ਲੱਗਾ ਸਾਨੂੰ ਜਿਵੇਂ 3 ਸਾਲੀ ਤਾਂ ਉਹਦੇ ਇੱਥੇ ਨਹੀਂ। ਜਦੋਂ ਤੁਹਾਡਾ ਭਾਈ ਉੱਥੇ ਕੈਂਪ ਦੇ ਵਿੱਚੋਂ ਉਹ ਤਰਖਾਣਾ ਦੇ ਨਾਲ ਚਲੇ ਗਿਆ ਤੇ ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼? ਬੜੀ ਕੋਸ਼ਿਸ਼ ਕੀਤੀ, ਉਹ ਕੰਪ ਦੇ ਵਿੱਚ ਜਾਣ ਵੀ ਨਾ ਦਿੰਦੇ, ਮਿਲਟਰੀ ਸੀ ਨਾ। ਅੱਛਾ ਜਾਣ ਵੀ ਪਾਸੇ ਨੂੰ ਨਹੀਂ ਜਾਣ ਮਿਲਦਾ ਜਾਂ ਬਾਈ ਮਾ ਗੋਲੀ ਮਾਰ ਦਿੰਦੇ ਤੇ ਨਾ, ਉੱਥੇ ਕੰਪ ਹੀ ਤਾਂ ਫੇਰਾ ਪੋਇਆ। ਅੱਛਾ ਤੇ ਸਾਡਾ ਭਾਈ ਜੇ ਮੇਰੇ ਕੰਪ ਲੱਗਦਾ ਹੋਵੇ ਬਾਜਾਂ ਬੂਜਾਂ ਮਾਰਦੇ ਰਹੇ। ਅੱਛਾ ਕੰਪ ਦੇ ਵਿੱਚ ਰੋਇਆ ਕਦੇ ਲੱਭ ਜਾਏ। ਫਿਰ ਅਸੀਂ ਲਾਹੌਰ ਆਏ ਹਾਂ, ਉੱਥੇ ਵੀ ਬਾਜਾਂ ਕਾਂਬੜੀ ਬਾਵਲੀ ਕੰਪ ਲੱਗਾ ਹਾਂ, ਉੱਥੇ ਵੀ ਬਾਜਾਂ ਬੂਜਾਂ ਮਾਰਦੇ ਰਹੇ ਹਾਂ, ਕੋਈ ਪਤਾ ਨਹੀਂ ਲੱਗਾ। ਫਿਰ ਅਸੀਂ ਇੱਥੇ ਆ ਗਏ, ਫਿਰ ਸਾਡੇ ਜਿਸ ਵੇਲੇ ਇੱਥੇ ਆਏ ਜਲਾਲ ਵਿੱਚ। ਅੱਛਾ ਇੰਨੀ 14 ਦਿਨ ਉੱਪੜੇ ਹਾਂ, ਇਹਨਾਂ ਪਹਿਲਾਂ ਮੇਰਾ ਭਾਈ ਸ਼ੇਰਮੰਦ ਫੌਤ ਹੋ ਗਿਆ, ਇੱਥੇ ਆ ਕੇ ਫਿਰ ਭਾਈ ਸਾਡੀ ਫੌਤ ਹੋ ਗਈ। ਅੱਛਾ ਉਹਦੇ ਬਾਅਦ ਮੇਰਾ ਚਾਚੇ ਦਾ ਪੁੱਤ ਦੇਖ ਮਾਉਂਦਾ, ਉਹ ਵੀ ਫੌਤ ਹੋ ਗਿਆ। ਉਹਦੇ ਬਾਅਦ ਫਿਰ ਸਾਡਾ ਗੱਲ ਹੈਗੀ ਆ, ਤਿੰਨੀ ਕੁ ਸਾਲੀ ਫਿਰ ਸਾਡਾ ਛੋਟਾ ਭਾਈ ਸੀਗਾ ਰਿਹਮਦਲੀ ਸਾਹਿਬ ਦਾ, ਉਹ ਵੀ ਫੌਤ ਹੋ ਗਿਆ। ਉਹ ਫਿਰ ਗੱਲ ਹੈਗੀ ਉਹ ਇੱਦਾਂ ਇੱਦਾਂ ਕਰਦੀ ਕਰਦੇ ਫਿਰ ਸਾਡੀ ਚਾਚੀ ਵੀ ਫੌਤ ਹੋ ਗਈ। ਅੱਛਾ ਮੈਨੂੰ ਇੱਥੇ ਥੋੜ੍ਹਾ ਦੇਣਾ, ਜਦੋਂ ਉਹ ਤੁਹਾਡਾ ਭਾਈ ਕੈਂਪ 'ਚੋਂ ਚਲੇ ਗਿਆ ਸੀਗਾ, ਸਾਡੇ ਕੋਈ ਦੋਸਤਾਂ ਨੇ ਉੱਥੋਂ ਉਹਦੀ ਵੀਡੀਓ ਬਣਾਈ ਆ, ਉਹਨਾਂ ਨੇ ਉਹ ਜਿਹੜੇ ਆ ਨਾ ਤੁਹਾਡੇ ਭਾਈ ਨੂਰ ਮੁਹੰਮਦ ਹਾਂਜੀ, ਉਹ ਕਹਿੰਦੇ ਕਿ ਕਮਾਲਪੁਰ ਕੈਂਪ ਦੇ ਵਿੱਚ ਹਮਲਾ ਹੋਇਆ ਸੀਗਾ, ਜਦੋਂ ਹਮਲਾ ਹੋਇਆ ਉਸ ਕੈਂਪ ਦੇ ਵਿੱਚੋਂ ਮੈਂ ਰਾਤ ਨੂੰ ਭੱਜ ਕੇ ਅਤੇ ਨੰਗਲ ਆ ਗਿਆ ਸੀਗਾ। ਉਹ ਲੈ ਉਹ ਨੰਗਲ ਉਹਨੇ ਜਦੋਂ ਕਿੱਥੇ ਆਉਣਾ ਉਹ ਲੈ ਗਿਆ ਸੀ ਨਾਲ, ਉਹ ਬਾਈ ਬਾਈ ਤੂੰ ਬੱਚਾ ਸੀ ਨੰਗਲ ਇਹਨਾਂ ਕਿਤੇ ਆਉਣਾ, ਸਿਰਫ ਹੋਇਆ ਹੋਊਗਾ ਚਾਂਸ, ਮੈਂ ਵੀ ਬੱਚਾ ਸੀ ਉਹਦਾ। ਅੱਛਾ ਤੇ ਹੋ ਸਕਦਾ ਕਿ ਗੁੱਠੇ ਹੋਇਆ ਹੋਊਗਾ। ਵੈਸੇ ਉਹ ਨਾ ਉਹ ਜਦ ਤਰਖਾਣ ਸੀ ਨਾ ਸਾਡਾ ਆਉਣ ਜਾਣ ਵਾਲਾ ਕੰਮ ਕਰਨ ਵਾਲਾ, ਉਹ ਨਾਲ ਲੈ ਗਿਆ ਸੀ। ਉਹ ਨੰਗਲ 'ਚ ਰਹਿੰਦਾ ਸੀਗਾ? ਉਹ ਨੰਗਲ ਰਹਿੰਦਾ ਸੀ। ਤੁਹਾਡਾ ਪਿੰਡ ਤਾਂ ਪਟਿਆਰੀ ਸੀਗਾ? ਪਟਿਆਰੀ ਸਾਂ। ਤੇ ਨੰਗਲ ਤੇ ਪਟਿਆਰੀ ਦਾ ਕੋਈ ਫਾਸਲਾ ਸੀ ਜ਼ਿਆਦਾ?
ਡੇਢ ਕੁ ਮੀਲ ਪੈਂਦਾ ਸੀ ਉੱਥੋਂ ਕਾਫਲੇ 'ਚ ਲੈ ਗਿਆ ਨਾ ਹੁਸ਼ਿਆਰਪੁਰੋਂ ਹੁਸ਼ਿਆਰਪੁਰੋਂ ਕਾਫਲੇ 'ਚ ਲੈ ਗਿਆ ਅੱਛਾ ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਬੜੀ ਕੀਤੀ ਅੱਛਾ ਫਿਰ ਬੜੀ ਕੀਤੀ ਕੋਰਟ ਥੋੜ੍ਹੀ ਨਹੀਂ ਕੀਤੀ ਫਿਰ ਅਸੀਂ ਇੱਥੇ ਬਾਵਲੀ ਕੰਪ ਲੱਗਾ ਲਾਹੌਰਾ ਕੇ ਅੱਛਾ ਇੱਥੇ ਤੱਕ ਬਾਜਾ ਮਾਰਦੇ ਰਹੇ ਫਿਰ ਇੱਥੇ ਸਾਡੇ ਇੱਥੇ ਆਪਣਾ ਬਹਿ ਗਏ ਸਾਰੇ ਲੋਕ ਉੱਥੇ ਪਤਾ ਕਰਦੇ ਰਹੇ ਹਾਂ ਅੱਛਾ ਅੱਛਾ ਤੁਸੀਂ ਜਦੋਂ ਉੱਥੋਂ ਤੁਰੇ ਹਾਂ ਆਪਣੇ ਕੈਂਪ 'ਚੋਂ ਹਾਂਜੀ ਤੁਹਾਡੇ 'ਤੇ ਕੋਈ ਹਮਲਾ ਹੋਇਆ ਕੈਂਪ ਦੇ ਉੱਤੇ ਕਿਸੇ ਕਿਸਮ ਦਾ ਸਾਡੇ 'ਤੇ ਨਹੀਂ ਹਮਲਾ ਤੁਹਾਡੇ ਕੋਈ ਜੀਵ ਮਾਰੇ ਗਏ ਉਸ ਹਾਲਾਤ ਦੇ ਵਿੱਚ ਨਹੀਂ ਉਹ ਹਾਲਾਤ ਵਿੱਚ ਨਹੀਂ ਹੋਇਆ ਸਾਡਾ ਜੀ ਮੈਂ ਤਾਂ ਦੱਸਿਆ ਅੱਗੇ ਵੀ ਕਰੋਗੇ ਇੱਕ ਸਾਡਾ ਤਾਏ ਜਾ ਡਬਰੀ ਵਿੱਚ ਤਾਏ ਜਾ ਸੀ ਅੱਛਾ ਇੱਕ ਸਾਡਾ ਤਾਏ ਜਾ ਭਰਾ ਸੀ ਅੱਛਾ ਉਹ ਜਿਹੜਾ ਤਾਏ ਜਾ ਭਰਾ ਸੀ ਨਾ ਉਹ ਮੱਝ ਲੈ ਕੇ ਨਾ ਮੱਝ ਸੀ ਸਾਡੇ ਕੋਲ ਉਹ ਲੈ ਚਾਰ ਨੂੰ ਚਲੇ ਗਿਆ ਚਾਰ ਦਾ ਜ਼ਿਆਦਾ ਸਿੱਖ ਫੜ ਕੇ ਲੈ ਗਏ ਅੱਛਾ ਜਿਹਦੇ ਨੂੰ ਉਹ ਮਗਰੋਂ ਸਾਡਾ ਤਾਇਆ ਸੀ ਨਾ ਉਹ ਮਗਰ ਛਡਾਉਣ ਚਲੇ ਗਿਆ ਵੀ ਮੈਂ ਛਡਾ ਕੇ ਲਿਆਉਂਦਾ ਉਸੇ ਸਾਨੂੰ ਕਾਬੂ ਆ ਗਿਆ ਉਹ ਫਿਰ 6 ਮਹੀਨੇ ਉੱਥੇ ਦੇਖੇ ਫਿਰ ਤੁਰਦੇ ਰਹੇ ਅਤੇ ਉਹਨਾਂ ਨੇ ਉੱਥੇ ਬਾਹਰ ਦਿੱਤੇ ਅੱਛਾ ਦੋਵੇਂ ਬਾਹਰ ਉਹ ਉਹ ਸਾਡੇ ਨਾਲ ਉਹ ਇਹ ਜੋ ਕੋਈ ਹੋਇਆ ਹੋਰ ਕੋਈ ਨਹੀਂ ਸਾਡੇ ਵਿੱਚ ਕਾਫਲੇ 'ਚ ਕਸਰ ਕੋਈ ਨਹੀਂ ਹੋਈ ਹਾਂਜੀ ਕਾਫਲੇ 'ਚ ਕੋਈ ਆ ਕੇ ਸਾਨੂੰ ਜਸਾ ਪੈ ਕੇ ਸਾਨੂੰ ਕਾਫਲੇ ਤੁਸੀਂ ਜਦੋਂ ਉੱਥੇ ਤੁਰੇ ਹੈ ਤੁਹਾਡੇ ਕਿੰਨੇ ਖਾਨਦਾਨ ਦੇ ਕਿੰਨੇ ਕੁ ਜੀ ਸੀ ਉੱਥੇ ਜਿਸ ਵੇਲੇ ਤੁਰੇ ਹਾਂ ਉਸ ਵੇਲੇ ਖਾਨਦਾਨ ਤਾਂ ਸਾਡਾ ਬੇਬਾਸ ਆ ਵੀ ਮੇਰੇ ਕੱਜ ਸਾਡਾ ਤਾਂ ਹੋਣਾ 300-400 ਜੀ ਅਤੇ ਪਾਕਿਸਤਾਨ 'ਚ ਪਹੁੰਚਦੇ ਪਹੁੰਚਦੇ ਕਿੰਨੇ ਕੁ ਵਿੱਚੋਂ ਮਾਰੇ ਗਏ ਪਾਕਿਸਤਾਨ ਪਹੁੰਚਿਆ ਅੱਧਾ ਰੱਖ ਲਿਆ ਉਹ ਬਾਕੀ ਮਾਰੇ ਗਏ ਜਾਂ ਖੁਦ ਮਰਦੇ ਰਹੇ ਨਹੀਂ ਮਰਦੇ ਰਹੇ ਕੀ ਬਾਕੀ ਬਿਮਾਰੀ ਪੈਂਦੀ ਬਿਮਾਰੀ ਪੈਂਦੀ ਉਹ ਛੋਟੇ ਖੂਹਾਂ 'ਚ ਛੋਟੇ ਸਿੱਟੇ ਬੈਠੇ ਜਿਹੜੇ ਮਰਦੇ ਸਿੱਟੇ ਬੈਠੇ ਅੱਛਾ ਉਹ ਪਾਣੀ ਪੀਂਦੇ ਤੇ ਮਰਜ਼ੀ ਨਾਲ ਜਵਾਬ ਲੱਗਦਾ ਮਰ ਜਾਣਾ ਅੱਛਾ ਇਸ ਤਰ੍ਹਾਂ ਹੁੰਦੀ ਰਹੀ ਅਤੇ ਜਿੰਨਾ ਵੀ ਵਧੀ ਹੋਈ ਸੀ ਵੱਜ ਜਾਂਦੇ ਨੇ ਕੈਸੀ ਤੁਹਾਡੀ ਕਿੱਦਾਂ ਦਾ ਮਹਿਸੂਸ ਕਰਦੇ ਸੀ ਤੁਸੀਂ ਉੱਥੇ ਮਹਿਸੂਸ ਹੋਈ ਤਾਂ ਬੜਾ ਉਸ ਤੋਂ ਪਹਿਲੇ ਵੀ ਇਹ ਕੈਬ ਵਿੱਚ ਸਾਨੂੰ ਰਾਸ਼ਨ ਮਿਲਦਾ ਸੀ ਥੋੜ੍ਹਾ ਬਹੁਤਾ ਉਹ ਖਾਈ ਜਾਂਦੇ ਤਾਂ ਕੋਲ ਲੋਕ ਵੀਰੇ ਸਭ ਕੁਝ ਛਿੱਟ ਗਿਆ ਇੱਕ ਸਾਡੇ ਕੋਲ ਇੱਕ ਗੱਡਾ ਸੀ ਸਾਡੇ ਕੋਲ ਗੱਲ ਇੱਕ ਅੱਗੇ ਦੋ ਉਹਦੇ ਤਿੰਨ ਚਾਰ ਘਰ ਸੀਗੇ ਤਾਂ ਉਹ ਹੌਲੀ ਹੌਲੀ ਉਹਨਾਂ ਦੇ ਦੁਆਰੇ ਥੋੜ੍ਹਾ ਰਾਸ਼ਨ ਰੱਖਿਆ ਸੀ ਜੋ ਉਹਨਾਂ ਨਾਲ ਗੁਜ਼ਾਰਾ ਕਰਦੇ ਰਹੇ ਕੋਈ ਕੋਈ ਜੁੱਲੀ ਮੱਝੀ ਸੀ ਤਾਂ ਫਿਰ ਗੱਲ ਇਹ ਹੈਗੀ ਹੈ ਉੱਥੇ ਰਾਸ਼ਨ ਸਰਕਾਰੀ ਮਿਲਦਾ ਪਿਆ ਕੋਈ ਥੋੜ੍ਹਾ ਬਹੁਤਾ ਉਹਨਾਂ ਉਹਦਾ ਨਾਲ ਗੁਜ਼ਾਰਾ ਗੁਜ਼ਾਰਾ ਕਰਦੇ ਆਏ ਅਤੇ ਰਾਹ 'ਚ ਸਾਡਾ ਰਾਸ਼ਨ ਬੰਦ ਹੋ ਗਿਆ ਜਦੋਂ ਕੈਂਪ 'ਚ ਤੁਹਾਡਾ ਭਾਈ ਨੂਰ ਮੁਹੰਮਦ ਗੁੰਮ ਹੋਇਆ ਤੁਹਾਨੂੰ ਹਾਂਜੀ ਤੁਹਾਨੂੰ ਕਿਸੇ ਨੇ ਦੱਸਿਆ ਕਿ ਉਹ ਕਤਲ ਹੋ ਗਿਆ ਵਾ ਜਾਂ ਕੋਈ ਨੂੰ ਚੱਕ ਕੇ ਲੈ ਗਿਆ ਕਿਸੇ ਕਿਸਮ ਦੀ ਤਲਾਹ ਤੁਹਾਨੂੰ ਨਹੀਂ ਕੋਈ ਤਲਾਹ ਨਹੀਂ ਬਾਹਰ ਅਸੀਂ ਪਿੰਡਾਂ 'ਚ ਜਾਣਾ ਉਹਨਾਂ ਸਕਦੇ ਅੱਛਾ ਪਾਬੰਦੀ ਸੀ ਨਾ ਜੋਗੜਾ ਮਲਟੀ ਸੀ ਦੁਆਲੇ ਅੱਛਾ ਉਹ ਲੈ ਕੇ ਕੰਪ ਦੇ ਵਿੱਚ ਬੜਾ ਅਸੀਂ ਤਲਾਹ ਕੀਤੀ ਅੱਛਾ ਕੋਈ ਪਤਾ ਨਾ ਲੱਗੇ ਸਾਨੂੰ ਅੱਛਾ ਫਿਰ ਅਸੀਂ ਜਿੱਥੇ ਕੰਪ ਲੱਗਦਾ ਫਿਰ ਬਾਜਾਂ ਮਾਰਨੀਆਂ ਫਿਰ ਫਿਰ ਕੇ ਦੇਖਣਾ ਕੰਪ 'ਚ ਕੰਪ 'ਚ ਫਿਰ ਸਕਦੇ ਲੋਕ ਫਿਰ ਅਸੀਂ ਕੰਪ ਆ ਗਏ ਲਾਹੌਰ ਬਾਵਲੀ ਕੰਪ ਉੱਥੇ ਵੀ ਸਾਰੇ ਕੰਪ ਹੀ ਫਿਰੇ ਫਿਰੇ ਅੱਛਾ ਬਾਅਦ ਅਸੀਂ ਜਾਣ ਨਾ ਦਿੰਦੇ ਫਿਰ ਇੱਥੇ ਆ ਗਏ ਫਿਰ ਇੱਕ ਮੇਰਾ ਸਾਡਾ ਵੱਡਾ ਭਾਈ ਸਾ ਜਿੱਦਾਂ ਸਾਡੀ ਮਾਈ ਫੌਤ ਹੋ ਗਈ ਹੈ ਪਹਿਲਾਂ ਮੇਰਾ ਭਰਾ ਛੋਟ 6 ਮੰਥ ਫੌਤ ਹੋ ਗਿਆ ਉਹਦੇ ਬਾਅਦ ਸਾਡੀ ਮਾਈ ਫੌਤ ਦਾ ਇੱਕ ਵੱਡਾ ਭਰਾ ਸੀ ਉਹ ਗੁੰਮ ਹੋ ਗਿਆ ਅੱਛਾ ਕੀ ਨਾਂ ਸੀ ਉਹਦਾ ਭਾਈ ਦਾ ਅਲੀ ਮੁਹੰਮਦ ਅਲੀ ਮੁਹੰਮਦ ਹਾਂਜੀ ਅਲੀ ਮੁਹੰਮਦ ਤੁਹਾਡਾ ਭਾਈ ਇੱਥੇ ਆ ਕੇ ਫੌਤ ਹੋਇਆ ਗੁੰਮ ਹੋ ਗਿਆ ਪਤਾ ਨਹੀਂ ਲੱਗਾ ਅੱਛਾ ਗੁੰਮ ਹੋ ਗਿਆ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਾ ਪਾਕਿਸਤਾਨ 'ਚ ਆ ਕੇ ਪਾਕਿਸਤਾਨ 'ਚ ਕਿੰਨੀ ਦੇਰ ਬਾਅਦ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਬਣ ਕੇ ਆਏ ਹਾਂ ਉਸੇ ਸਾਡੀ ਗੱਲ ਹੈ ਉਸੇ ਵੇਲੇ ਕੋਈ ਗੱਲ ਇਸੇ ਪਾਕਿਸਤਾਨ ਆ ਗਏ ਹਾਂ ਲਾਹੌਰੋਂ ਅਸੀਂ ਬਾਘੇ ਆਏ ਬਾਘੇ ਦੇ ਲਾਹੌਰ ਆ ਗਏ ਲੋਕ ਇੱਥੇ ਆਏ ਤੀਜੇ ਕੁ ਦਿਨ ਚੌਥੇ 6 ਦਿਨ ਸਾਡੀ ਮਾਈ ਫੌਤ ਹੋ ਗਈ ਹੈ ਨਾ ਭਰਾ ਸਾਡਾ ਫੌਤ ਹੋ ਗਿਆ ਛੇ ਮੰਮਾ ਦਾ ਅੱਛਾ ਉਹਦੇ ਬਾਅਦ ਸਾਡੀ 8 ਦਿਨ ਸਾਡੀ ਮਾਈ ਫਾਸ ਫੌਤ ਹੋ ਗਈ ਆ ਅੱਛਾ ਉਹਦੇ ਬਾਅਦ ਜਿੱਦਾਂ ਸਾਡੀ ਮਾਈ ਫੌਤ ਆਈ ਉਹਦੇ ਆਰੇ ਲੱਗ ਗਏ ਹਾਂ ਅਤੇ ਉਹ ਸਾਡਾ ਭਰਾ ਜਿਹੜਾ ਗੁੰਮ ਹੋ ਗਿਆ ਪਤਾ ਲੱਗ 2 ਦਿਨ ਫਿਰ ਅਸੀਂ ਲਾਓ ਤਾਂ ਪਤਾ ਚੱਲਦਾ ਕਿ ਸਭ ਤੋਂ ਵੱਡਾ ਸੀ ਤੁਹਾਡਾ ਭਾਈ ਸਭ ਤੋਂ ਵੱਡਾ ਸੀ ਉਹਦਾ ਅਜਾਨੀ ਟਾਊਨ ਸੈਲਾਂ ਤੋਂ ਕੁਛ ਅੱਛਾ ਜੇਨੀ ਤਵਾਨ ਦਾ ਥੋੜ੍ਹਾ ਸਹੀ ਨਹੀਂ ਸਹੀ ਨਾ ਸਵਾਲ ਅੱਛਾ ਅੱਛਾ ਉਹ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਨੂਰ ਮੁਹੰਮਦ ਗੁੰਮ ਹੋਇਆ ਉੱਥੇ ਹਾਂਜੀ ਬੜਾ ਮਾਈ ਕਿੰਨਾ ਕੁ ਪਰੇਸ਼ਾਨ ਰਹੀ ਬੱਲੇ ਬੱਲੇ ਬਾਜਾਂ ਮਾਰਦੀ ਰਹੀ ਆ ਸੁੱਤਿਆਂ ਵੀ ਜਾਗਦਿਆਂ ਵੀ ਬਾਜਾਂ ਮਾਰਨੀਆਂ ਅੱਛਾ ਬੜੀ ਪਰੇਸ਼ਾਨ ਰਹੀ ਹੈ ਅੱਛਾ ਉਹਦੇ ਹਿਸਾਬ ਨਾਲ ਉਹਦੇ ਹਾਵੇ ਨਾਲ 6 ਮੰਥ ਗੁਜ਼ਰ ਗਿਆ ਦੋਹਾਂ ਦਾ ਸਦਮਾ ਦੇ ਕੇ ਤਾਂ ਉਹ ਬਸ ਖਤਮ ਤੀਜਾ ਫਿਰ ਅਲੀ ਮੰਦ ਜਿਹੜਾ ਉਹ ਗੁੰਮ ਹੋ ਗਿਆ ਉਹਦਾ ਮਰੀ ਤਾਂ ਕੁਝ ਹੋਇਆ ਬਸ ਇਸ ਤਰ੍ਹਾਂ ਮੁਸੀਬਤਾਂ ਹੋਈਆਂ ਅੱਛਾ ਉਹਦਾ ਤੁਹਾਡਾ ਭਾਈ ਨੂਰ ਮੁਹੰਮਦ ਆ ਹਾਂਜੀ ਉਹ ਰਹਿ ਗਿਆ ਹਿੰਦੁਸਤਾਨ ਚ ਹਾਂਜੀ ਉਹ ਇੱਕ ਸਿੱਖਾਂ ਦੇ ਘਰ ਚਲੇ ਗਿਆ ਹਾਂਜੀ ਹਾਂਜੀ ਉਹਨਾਂ ਸਿੱਖਾਂ ਨੇ ਉਹਨੂੰ ਪਾਲਿਆ ਹਾਂਜੀ ਪਾਲ ਕੇ ਜਿਹੜੀ ਤੁਹਾਡੀ ਉੱਥੇ ਜ਼ਮੀਨ ਸੀਗੀ ਹਾਂਜੀ ਉਹ ਸਾਰੀ ਜ਼ਮੀਨ ਇੱਕ ਸਿੱਖ ਫੈਮਿਲੀ ਨੇ ਕੇਸ ਕਰਕੇ ਉਹਨੂੰ ਦਵਾਤੀ ਠੀਕ ਹੈ ਉਹ ਅੱਜ ਵੀ ਹਿੰਦੁਸਤਾਨ ਚ ਹੈ
ਉਹਦਾ ਖਾਨਦਾਨ ਆ, ਉਹਦੇ ਬੱਚੇ ਆ ਉੱਥੇ। ਹੁਣ ਤੁਹਾਡਾ ਕਦੀ ਉਹਦੇ ਨਾਲ ਰਾਬਤਾ ਹੋਇਆ? ਹਾਂ ਜੀ ਬਿਲਕੁਲ, ਸੁਬਹਾ ਸ਼ਾਮ ਆਉਂਦਾ ਟੈਲੀਫੋਨ ਆਉਂਦਾ। ਹਾਂ ਜੀ ਟੈਲੀਫੋਨ ਆਉਂਦਾ, ਬਕਾਇਦਾ ਗੱਲ ਫੋਟੋ ਆਉਂਦੀਆਂ, ਬਕਾਇਦਾ ਗੱਲਬਾਤ ਹੁੰਦੀ ਮੇਰੇ ਨਾਲ ਵੀ ਹੁੰਦੀ ਆ ਨੂਰ ਮੁਹੰਮਦ ਦੀ। ਅੱਛਾ, ਮੇਰਾ ਭਤੀਜਾ ਨੇਕ ਆ, ਉਹਦਾ ਨਾਂ ਉਹਦੇ ਨਾਲ ਵੀ ਹੁੰਦੀ ਆ। ਤੁਹਾਨੂੰ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਕਿ ਤੁਹਾਡਾ ਭਾਈ ਉੱਥੇ ਜ਼ਿੰਦਾ ਵਾ? ਉਹ ਵਜ੍ਹਾ ਇਹ ਸੀ ਕਿ ਸਾਡਾ ਇੱਕ ਹੋਰ ਨਾਲ ਸਾਡੇ ਸਿਰਕੇ ਦਾ ਸੀਗਾ, ਤਾਂ ਉੱਥੇ ਉਹ ਵੀ ਆਈ ਮੁੰਡਾ ਜਿੱਦਾਂ ਨੂਰ ਮੁਹੰਮਦ ਮੰਗਦਾ ਗਿਆ ਸੀ। ਅੱਛਾ, ਉਹ ਵੀ ਇੱਦਾਂ ਚੋਲਦਾ ਤੁਹਾਡਾ ਆਇਆ ਕੰਪਾਂ ਵਿੱਚ। ਅੱਛਾ, 3 ਸਾਲ ਹੋ ਗਏ ਸਾਨੂੰ ਚੈਨ, ਕੋਈ ਪਤਾ ਨਾ ਚੱਲਦਾ। ਅੱਛਾ, ਉਹ ਭਰਾ ਜਿਹੜਾ ਸੀ ਨਾ ਉਹਦਾ ਬਿੰਦਰ ਤਾਂ ਲੈ ਗਿਆ, ਉਹ ਕਿਤੇ ਨਾ ਪਰਮ ਕਟਾ ਕੇ ਗਿਆ ਇੰਡੀਆ। ਅੱਛਾ, ਉਹਨੂੰ ਆ ਭਰਾ ਲੱਭ ਗਿਆ। ਅੱਛਾ, ਜਿੰਦਾ ਜਿੰਦਾ। ਅੱਛਾ, ਇਹ ਦੋਵੇਂ ਭਰਾ, ਫਿਰ ਮੇਰਾ ਭਰਾ ਵੀ ਉਹਦਾ ਭਰਾ ਕਿੱਥੇ ਰਹੇ। ਅੱਛਾ, ਉਹ ਫਿਰ ਪਾਕਿਸਤਾਨ ਜਿਵੇਂ ਆਇਆ ਉਹਨੇ ਆ ਕੇ ਸਾਨੂੰ ਸਲਾਹ ਦਿੱਤੀ ਆ ਕਿ ਨੂਰ ਮੁਹੰਮਦ ਫਲਾਣੀ ਜਗ੍ਹਾ 'ਤੇ ਮੇਰਾ ਭਰਾ ਸਫੈਲ ਹਾ, ਉਹਦਾ ਸਫੈਲ, ਉਹ ਦੋਵੇਂ ਕਿੱਥੇ ਆ। ਅੱਛਾ, ਤਾਂ ਸਾਨੂੰ ਪਤਾ ਲੱਗਾ। ਫਿਰ ਮੇਰਾ ਭਾਈ ਵੱਡਾ ਸੀਗਾ ਨਸ਼ੇ 'ਤੇ, ਉਹ ਦੋ ਵਾਰੀ ਪਰਮ ਕਟਾ ਕੇ ਜਾ ਰਿਹਾ। ਅੱਛਾ, ਉਹ ਕਹਿੰਦਾ ਮੈਂ ਡਾਂਗਾ ਰੱਖੇ ਵੇ, ਮੈਂ ਵੇਚ ਕੇ ਆਵਾਂਗਾ, ਮੈਂ ਸਾਂਭ ਲਵਾਂ ਔਰ ਫਸਲ ਬੀਜੀ ਜਾਂ ਕਰ ਲਵਾਂ ਗੱਲ, ਇੱਦਾਂ ਕਰਦੀ ਗੱਲ। ਫਿਰ ਦੂਜੀ ਵਾਰ ਫਿਰ ਗਿਆ। ਅੱਛਾ, ਨਹੀਂ ਫਿਰ ਉਹ ਜਵਾਬ ਦਿੱਤਾ ਮੈਂ ਨਹੀਂ ਜਾਣਾ, ਮੈਂ ਇਹ ਗੱਲ ਬੜਾ ਕਾਰੋਬਾਰ। ਇਹ ਕਿਹੜੇ ਸੰਨ ਦੀ ਗੱਲ ਆ? ਇਹ ਸੰਨ ਸਾਫ ਗੱਲ ਆ ਜੀ, ਪਾਕਿਸਤਾਨ ਬਣਨ ਤੋਂ ਬਾਅਦ ਕਿੰਨੀ ਕੁ ਦੇਰ ਬਾਅਦ ਦੀ ਗੱਲ ਹੈ? 47 'ਚ ਹੋਇਆ ਨਾ ਪਾਕਿਸਤਾਨ। ਹਾਂਜੀ, ਇਹ 55-56 ਦੀ ਗੱਲ ਹੈ। ਅੱਛਾ, 55-56 ਦੀ ਗੱਲ ਆ। ਇਹਦਾ ਮਤਲਬ ਉਹ ਜਦੋਂ ਪਾਕਿਸਤਾਨ ਬਣਿਆ ਵਾ ਉਹਦੀ ਉਮਰ 10 ਸਾਲ ਹੈਗੀ ਸੀ ਉਦੋਂ? ਕਿਹਦੀ? ਉਹਦੀ, ਨੂਰ ਮੁਹੰਮਦ ਦੀ। 10 ਸਾਲ। ਅਤੇ 55-56 ਤਾਂ ਉਹ ਸਿਰਫ 15-16 ਸਾਲ ਦਾ ਸੀਗਾ। ਹਾਂਜੀ ਹਾਂਜੀ, ਅਤੇ 15-16 ਸਾਲ ਦੇ ਬੱਚੇ ਨੇ ਕਹਿਤਾ ਕਿ ਮੈਂ ਨਹੀਂ ਪਾਕਿਸਤਾਨ ਜਾਣਾ, ਇਹ ਕੀ ਵਜ੍ਹਾ? ਨਹੀਂ ਉਸ ਵੇਲੇ ਮੈਨੂੰ ਇੰਨਾ ਨਹੀਂ ਪਤਾ ਉਹ ਗੱਲ ਵੱਡੇ ਨਾ, ਮੈਂ ਵੀ ਬੱਚਾ ਸੀ ਨਾ, ਮੈਨੂੰ ਇੱਡੀ ਨਹੀਂ ਪਤਾ ਸਾਡਾ ਕਿੰਨੀ ਕੁ ਪਛੋਰਾ ਸੀ। ਅੱਛਾ, ਉਹ ਵੇਲੇ ਚੰਗਾ ਭਲਾ ਹੋਸ਼ ਬੰਦ ਸੀ। ਅੱਛਾ, ਜਿਸ ਵੇਲੇ ਦੱਸਿਆ ਮੈਂ ਨਹੀਂ ਜਾਣਾ, ਭਾਈ ਜੀ ਵੱਡਾ ਜਾ ਕੇ ਆਇਆ ਸੀ, ਉਹਨੇ ਜਵਾਬ ਦਿੱਤਾ ਪਹਿਲਾਂ ਯਾ ਇੱਕ ਵਾਰੀ ਤਾਂ ਮਾਂ ਡੰਗਰ ਰੱਖਿਆ ਮਹੀਆਂ ਰੱਖੀਆਂ ਸੀ, ਆਖਾਂ ਬੱਚਾ ਤਾਂ ਨਹੀਂ ਮਹੀਆਂ ਰੱਖ ਸਕਦਾ, ਮਾਂ ਦੇ ਕਾਫੀ ਰੱਖਿਆ ਸੀ, ਬਾਈ ਕਰਦਾ ਦੂਸਰਾ 2 ਵਜੇ ਰੱਖ ਕੇ ਚੜਦੇ ਸੀ, ਬਾਈ ਮਹੀਆਂ ਰੱਖੀਆਂ ਸੀ। ਜੇ ਫਿਰ ਦੂਜੀ ਵਾਰੀ ਗਿਆ ਨਾ, ਉਹ ਕਿਹੜੇ ਪਿੰਡ 'ਚ ਰਹਿੰਦੇ ਸੀ? ਪਠਿਆਰੀ 'ਚ ਰਹਿੰਦੇ ਸੀ? ਪਠਿਆਲੀ 'ਚ 1960 ਗਏ ਆ। ਨੰਗਲ 'ਚ ਰਹੇ ਆ, ਨੰਗਲ 'ਚ 1960 ਦੇ ਕਰੀਬ ਪਠਿਆਰੀ 'ਚ ਗਏ ਆ। ਠੀਕ ਆ, ਮੈਨੂੰ ਇੰਨਾ ਸਾਲਾਂ ਦਾ ਪਤਾ ਨਹੀਂ, ਵੀ ਮੇਰਾ ਖਿਆਲ ਵਿੱਚ ਨਾ ਮੇਰੀ ਸ਼ਾਦੀ ਹੋਈ ਆ 62 'ਚ। ਅੱਛਾ, ਹਾਂ 62 ਸ਼ਾਦੀ ਹੋਈ ਆ ਮੇਰੀ, ਉਦੋਂ ਬੜਾ ਦਿਨ ਹੋਦਾ, ਤਾਂ ਉਹ ਸਾਡਾ ਮੇਰਾ ਰਾਬਤਾ ਸੀ ਇੰਡੀਆ ਦਾ, ਉਦੋਂ ਇੰਡੀਆ 'ਚ ਥੋੜ੍ਹਾ ਉਹਦਾ ਰਾਬਤਾ ਹੈਗਾ ਸੀ। ਮੈਂ ਵਿਆਹ ਰਿਸ਼ਤੇਦਾਰ ਜੀ ਤਾਂ ਕਹਿੰਦਾ ਮੈਂ ਆ ਨਹੀਂ ਸਕਦਾ, ਪਰ ਮੇਰੀ ਬੰਦਾ ਛੇਤੀ ਆ ਨਹੀਂ ਸਕਦਾ ਮੈਂ। ਅੱਛਾ, ਮੇਰੇ ਭਾਈ ਨੇ ਤੁਸੀਂ ਆਪਣੇ ਵਿਆਹ 'ਤੇ ਨੂੰ ਸੱਦਿਆ ਸੀਗਾ? ਹਾਂਜੀ, ਮੇਰਾ ਭਾਈ ਜਿਹਾ ਵੱਡਾ ਸੀ ਨਾ ਨਸ਼ਾ ਦੀ ਨਾ, ਉਹਨੇ ਕਿੱਥੇ ਦੇਣਾ ਆਈ, ਉਹਨੇ ਫੋਨ ਕੀਤਾ ਮੈਂ ਭਾਈ ਦੀ ਸ਼ਾਦੀ ਕਰ ਰਿਹਾ ਤਾਂ ਆ ਤੂੰ, ਕਹਿੰਦਾ ਨਹੀਂ ਮੈਂ ਆ ਨਹੀਂ ਸਕਦਾ। ਉਹਦੇ ਬਾਅਦ ਫਿਰ ਮੇਰੀ ਸ਼ਾਦੀ ਕਰਕੇ ਇੱਕ ਵਾਰੀ ਫਿਰ ਗਿਆ ਤਾਂ ਨਹੀਂ ਉਹ ਮੰਨਿਆ। ਤੁਹਾਡਾ ਆਪਣੇ ਭਾਈ ਨੂੰ ਮਿਲਣ ਦਿਲ ਕਰਦਾ? ਬੜਾ ਹੀ। ਮਾਸ਼ਾਅੱਲਾ, ਹੁਣ ਤੁਸੀਂ ਉਮਰ ਦੇ ਕੋਈ 85-90 ਦੇ ਗੇੜ 'ਚ ਆ? ਮੈਂ 88 ਸਾਲ 88 ਸਾਲ ਦੇ ਆ, ਅਤੇ ਤੁਹਾਨੂੰ ਤਾਂ ਜਾਣਾ ਆਉਣਾ ਬੜਾ ਸੌਖਾ, ਜਾਂਦੇ ਕਿਉਂ ਨਹੀਂ ਮਿਲਣ ਵਾਸਤੇ? ਜਾਂਦੇ ਇਸ ਬਾਤ 'ਤੇ ਨਹੀਂ ਵੀ ਉਹਨੇ ਰਾਬਤਾ ਕੀਤਾ ਆ ਮੇਰੇ ਭਾਈ ਨੇ, ਅਤੇ ਮੇਰਾ ਬੱਚਾ ਆਇਆ ਤਾਂ ਉਹਨੇ ਗੱਲ ਇਹ ਭੇਜਿਆ ਸੀ, ਮੈਂ ਉਹਦੇ ਕਾਗਜ਼ ਭੇਜੇ ਸੀ, ਉਹ ਰਾਹ 'ਚ ਤੋੜ ਨਹੀਂ ਪੜੇ। ਅੱਛਾ, ਤੋੜ ਨਹੀਂ ਪੜੇ ਤਾਂ ਹੁਣ ਉਹਨੇ ਭਾਈ ਨੇ ਆਉਣਾ ਮੇਰੇ ਨਾਲ। ਅੱਛਾ, ਪਾਕਿਸਤਾਨ 'ਚ ਅਤੇ ਉਹ ਹੁਣ ਕਾਗਜ਼ਾਂ ਦਾ ਗੱਲ ਥੋੜ੍ਹਾ ਜਿਹਾ ਕੰਮ ਰਹਿੰਦਾ, ਉਹ ਕਰਕੇ ਦਾ ਭੇਜ ਦਿੰਦੇ, ਉਹ ਰਾਹ 'ਚ ਗੱਲ ਹੈਗੀ ਆ, ਕਾਗਜ਼ ਭੇਜੇ ਤਾਂ ਰਾਹ 'ਚ ਮੁੜੇ ਆਏ ਆ, ਦੁਬਾਰੇ ਫਿਰ ਗਲਤੀ ਭੇਜਾਂਗੇ, ਜੋ ਬੈਕਾ ਹੀ ਭੇਜਿਆ ਸੀ। ਅਤੇ ਉਹ ਭਰਾ ਆਵੇਗਾ ਮੇਰਾ, ਉਹ 2 ਸਾਲ ਪਹਿਲਾਂ ਆਈ ਆ। ਆਹੋ, ਤੁਸੀਂ ਉਹਨੂੰ ਮਿਲੇ ਆ? ਹਾਂ ਮਿਲੇ ਆ। ਕਿੱਥੇ ਮਿਲੇ ਸੀਗੇ? ਜਲਾਲੇ। ਅੱਛਾ, ਤੁਹਾਡੇ ਪਿੰਡ ਆਈ ਸੀਗੀ? ਹਾਂਜੀ। ਅਤੇ ਉਹਨੇ ਤੁਹਾਡੇ ਭਾਈ ਦੇ ਮੁਤਾਲਕ ਤੁਹਾਨੂੰ ਗੱਲਾਂ ਦੱਸੀਆਂ? ਬਾਕੀ ਮੇਰੇ ਭਰਾ ਨੇ ਸਨੇਹ ਭੇਜੇ ਹੋਏ ਸੀ। ਅੱਛਾ, ਉਹਦੇ ਕੋਲ ਮੈਂ ਉਹ ਭਰਾ ਦੇ ਕਹਿੰਦੇ ਆਈ ਸੀ ਮੇਰੇ ਕੋਲ ਮੇਰੇ। ਅੱਛਾ, ਵੀ ਮੇਰੇ ਭਰਾ ਨੂੰ ਉਹਨੇ ਕਿਹਾ ਮਿਲ ਕੇ ਆਈ ਨੂਰਾਂ ਨੇ ਕਿਹਾ ਸੀ। ਅੱਛਾ, ਉਹ ਤਾਂ ਆਈ ਸੀ। ਹਾਂ। ਅੱਛਾ, ਹਾਂ, ਤੁਹਾਡੇ ਭਰਾ ਦੀ ਕਿੰਨੀ ਕੁ ਯਾਦ ਆਉਂਦੀ ਆ? ਸਾਰੇ ਭਰਾ ਤੁਹਾਡੇ ਫੌਤ ਹੋ ਗਏ, ਅੱਲਾ ਨੂੰ ਪਿਆਰੇ ਹੋ ਗਏ? ਮੈਂ ਮਹਿਰ ਗਿਆ। 7 ਭਾਈ ਸੀ, 2 ਭੈਣਾਂ ਸੀਗੀਆਂ। ਹਾਂ, ਸਾਰੇ ਅੱਲਾ ਨੂੰ ਪਿਆਰੇ। 9 ਭਾਈ ਤੁਸੀਂ? 9 ਭਾਈ ਸੀਗੇ। ਹਾਂ, ਸਾਰੇ ਅੱਲਾ ਨੂੰ ਪਿਆਰੇ ਹੋ ਗਏ, 2 ਭਾਈ ਤੁਸੀਂ ਰਹਿ ਗਏ। ਹਾਂ, ਹੁਣ ਖਿੱਚ ਮਾਰਦਾ ਮਿਲਣ ਵਾਸਤੇ? ਬੜਾ ਪਿਆਰ ਲੇਖਾ ਜੀ, ਆਤਾਈ ਜਾਈ ਰਾਡਾ ਜੰਦਾ ਕੋਨ ਲੱਗ ਜਾਂਦੀ। ਅੱਛਾ, ਹਾਂ ਜੀ, ਇੰਨਾ ਦਾ ਜੀ।
ਨਾ ਪੇਜ ਦਾ ਚੱਪਾ ਅੱਛਾ ਕੀ ਮਹਿਸੂਸ ਕੀ ਜਦੋਂ ਤੁਹਾਨੂੰ ਉਹਦੀ ਯਾਦ ਆਉਂਦੀ ਆ ਹਾਂ ਜੀ ਉਦੋਂ ਉਹਦੇ ਖਿਆਲਾਤ ਆਉਂਦੇ ਆ ਕੀ ਤੁਹਾਡੇ ਦਿਲ 'ਚ ਕੀ ਬੀਤਦੀ ਆ ਪਹਿਲੇ ਤੁਹਾਨੂੰ ਪਤਾ ਮਜ਼ਬੂਰੀ ਦਾ ਨਾ ਸ਼ੁਕਰੀਆ ਉਹਦੇ ਸਾਡੇ ਤਾਂ ਦਿਲ ਨੂੰ ਕਿਹਾ ਕਿਹਾ ਪੁੱਛਿਆ ਜਾਣੀ ਹੈ ਨਾ ਕੈਸੇ ਕੈਸੇ ਅਸੀਂ ਵਕਤ ਦੇਖੇ ਕਿਆ ਸ਼ੀਸ਼ਾ ਸਾਹਮਣੇ ਸਾਡੇ ਆਉਂਦਾ ਹੈਂ ਉਹ ਦੁੱਖ ਬਰਦਾਸ਼ਤ ਨਹੀਂ ਹੁੰਦੇ ਦੱਸੇ ਨਹੀਂ ਜਾਂਦੇ ਇੰਨੇ ਇੰਨੇ ਦੁੱਖ ਚੱਲੇ ਆ ਅਸੀਂ ਅਤੇ ਬੜਾ ਕੁਝ ਦੇਖਿਆ ਵੀ ਹੈ ਜਦੋਂ ਤੁਸੀਂ ਇਸ ਪਿੰਡ 'ਚ ਆਏ ਆ ਪਾਕਿਸਤਾਨ ਬਣਨ ਤੋਂ ਬਾਅਦ ਹਾਂਜੀ ਇੱਥੇ ਆ ਕੇ ਤੁਹਾਡੇ ਨਾਲ ਹਾਲਾਤ ਕੈਸੇ ਰਹੇ ਜ਼ਮੀਨ ਅਲਾਟ ਹੋਈ ਕਿੱਦਾਂ ਦੇ ਹਾਲਾਤ ਕੈਸੇ ਸੀਗੇ ਐਸੇ ਗੱਲ ਹੈ ਅਸੀਂ 6 ਮਹੀਨੇ ਤਾਂ ਰੁਲਦੇ ਰਹੇ ਇੱਥੇ ਜ਼ਮੀਨਾਂ ਨੂੰ ਪਤਾ ਨਾ ਹੋ ਲੱਗਦਾ ਵੀ ਕਹਿਣੀਆਂ ਨਹੀਂ ਆ ਜੀ ਲਾਟ ਦਿੱਤੀ ਇਹਨਾਂ ਕੋਈ ਬਿਗਾ ਉੱਥੇ ਖੂਹਾਂ ਦੀ ਬਾਈ ਸੀ ਕੋਈ ਉੱਥੇ ਬਿਗਾ ਕੋਈ ਬਰਾਨੀ ਕੋਈ ਕੋਈ ਖੂਹ ਬਿਗਾ ਬੀਜ ਲੈਣਾ ਕੋਈ ਰਹਿਣਾ ਨਾ ਉਹ 6 ਮਹੀਨੇ ਸਾਹ ਤੋਂ ਕੱਟਿਆ ਇਸ ਤਰ੍ਹਾਂ ਫਿਰ ਆ ਜੀ ਲਾਟ ਦੇ ਵਿੱਚ ਇੱਕੋ ਕਿਲਾ ਬੀਜ ਬਾਕੀ ਕਿਲਾ ਕਿਲਾ ਦਿੱਤਾ ਉਹ ਅਸੀਂ ਬਾਂਹਦੇ ਖਾਂਦੇ ਰਹੇ ਇੱਕੋ ਸਾਵੇਂ ਯੋਗ ਅਸੀਂ ਲੈ ਪਏ ਉਦਾਸ ਲਾ ਕਰਕੇ ਉਹ ਫਿਰ ਬਾਂਹਦੇ ਬੂੰਹਦੇ ਰਹੇ ਫਿਰ 23-24 ਸਾਲ ਆ ਕੇ ਤਾਂ ਫਿਰ ਕਿਹਾ ਵੀ ਜਿਹਨਾਂ ਦੀ ਜ਼ਮੀਨ ਆ ਫਾਰਮ ਦਿਓ ਫਾਰਮ ਦਿਓ ਤਾਂ ਫਰਾਂ ਜੇ ਫਾਰਮਾਂ ਦੀ ਜ਼ਮੀਨ ਆਵੇਗੀ ਉਹ ਤੁਹਾਨੂੰ ਮਿਲੇਗੀ ਫਾਰਮ ਦਿੱਤੇ ਸੀ ਉਹ ਜ਼ਮੀਨ ਸਾਨੂੰ ਆਈ ਹੈ ਉਹ ਜ਼ਮੀਨ ਆਈ ਹੈ ਜੇ ਫਾਰਮ ਦਿੱਤੇ ਸੀ ਅੱਛਾ ਉਹ ਸਾਨੂੰ ਪਈ ਆ ਉਹ ਪਈ ਆ ਗੱਲ ਹੈ 10 ਕਿੱਲੇ ਸਾਨੂੰ ਨੌਵਾਂ ਭਰਾ ਨੂੰ ਨੌਵਾਂ ਭਰਾ ਦੋ ਕਿੱਲੇ ਬੱਬੜਾ ਸਾਡਾ ਵਿਆਹ ਸਾਡਾ ਇੰਡੀਆ ਫੋਤ ਹੋ ਗਿਆ ਅਤੇ ਇੱਕ ਚਾਚਾ ਸੀ ਸਾਡਾ ਸਕਾ ਇਹਨਾਂ ਦੇ ਨਾਂ ਜ਼ਮੀਨ ਸੀ ਅਤੇ ਉਹ ਫਿਰ ਇਹਨਾਂ ਨੇ ਤਿਆਰ ਬੱਚਾ ਹੀ ਫੋਤ ਹੋ ਗਿਆ ਉਹ ਫਿਰ ਸਾਡੇ ਨਾਂ ਭਰਾਵਾਂ ਦੇ ਚੌਹਾਂ ਦੇ ਹੋ ਗਏ ਚਲੋ ਜੀ ਅਸੀਂ ਮੀਆਂ ਜੀ ਤੁਹਾਡੇ ਕੋਲ ਆਏ ਸੀਗੇ ਸਾਡੇ ਦੋਸਤ ਸਾਮਲ ਦੰਮੀ ਸਾਹਿਬ ਨੇ ਚੜ੍ਹਦੇ ਪੰਜਾਬ ਤੁਹਾਡੇ ਭਾਈ ਦੀ ਵੀਡੀਓ ਰਿਕਾਰਡ ਕੀਤੀ ਸੀ ਹਾਂਜੀ ਉਹਨਾਂ ਦੀ ਖਾਹਿਸ਼ ਸੀ ਕਿ ਮੈਂ ਆਪਣੇ ਖਾਨਦਾਨ ਨੂੰ ਦੇਖਾਂ ਮੈਂ ਆਪਣੇ ਖਾਨਦਾਨ ਦੇ ਬੱਚਿਆਂ ਦੀਆਂ ਮੈਨੂੰ ਸ਼ਕਲਾਂ ਯਾਦ ਨਹੀਂ ਮੈਂ ਉਹਨਾਂ ਨੂੰ ਮਿਲਾਂ ਅੱਜ ਅਸੀਂ ਲਾਇਲਪੁਰ ਤੋਂ ਤੁਹਾਡੇ ਕੋਲ ਆਏ ਹਾਂ ਤੁਹਾਡੇ ਖਾਨਦਾਨ ਨੂੰ ਇਕੱਠਾ ਕਰਕੇ ਤੁਹਾਡੇ ਨਾਲ ਗੱਲਾਂ ਬਾਤ ਕਰਕੇ ਤਾਂ ਕਿ ਇਹ ਤੁਹਾਡੀ ਵੀਡੀਓ ਬਣ ਕੇ ਤੁਹਾਡੇ ਭਾਈ ਕੋਲ ਜਾਵੇ ਉਹ ਤੁਹਾਨੂੰ ਦੇਖੇ ਅਤੇ ਕਮ ਸੇ ਕਮ 70 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ 72 ਸਾਲ ਹੋ ਗਏ 17-72 ਸਾਲ ਬਾਅਦ 3 ਨਸਲਾਂ ਜਵਾਨ ਹੋ ਗਈਆਂ ਅਤੇ ਭਾਈ ਭਾਈਆਂ ਨੂੰ ਨਹੀਂ ਮਿਲ ਸਕਦੇ ਅਸੀਂ ਇਸਦਾ ਕਰਕੇ ਤੁਹਾਡੇ ਕੋਲ ਇਕੱਠੇ ਹੋਏ ਹਾਂ ਅਤੇ ਅਗਰ ਕੋਈ ਆਪਣੇ ਭਾਈ ਨੂੰ ਪੈਗਾਮ ਦੇਣਾ ਚਾਹੋ ਬਸ ਦੁਆਸ ਨਾ ਦੇ ਦਿਓ ਵੀ ਤੁਹਾਡਾ ਭਰਾ ਮਿਲਿਆ ਸੀ ਠੀਕ ਰੱਖ ਬਸ ਤੁਹਾਨੂੰ ਯਾਦ ਕਰਦਾ ਹਾਂ ਯਾਦ ਕਰਦਾ ਬਸ ਯਾਦ ਕਰਦਾ ਭਰਾ ਤੁਹਾਡਾ ਮੈਨੂੰ ਬਹੁਤ ਇਹ ਨਹੀਂ ਕਹਿਣਾ ਕਿ ਮੈਨੂੰ ਆ ਕੇ ਮਿਲ ਗਿਆ ਆ ਕੇ ਕਹਿ ਇਹ ਵੀ ਕਹਿਦਾ ਇਹ ਵੀ ਕਹਿ ਦੇਖੋ ਤੁਹਾਡੇ ਨਾਲੋਂ ਮਾਸ਼ਾਅੱਲਾ ਸਿਹਤ ਅੱਛੀ ਆ ਉਹਦੀ ਉਹਦੇ ਪੂਰੀ ਸਿਹਤ ਸੀਗੀ ਆ ਮੇਰਾ ਛੋਟਾ ਵੀ ਆ ਦੂਸਰੇ ਮੈਂ ਬਿਮਾਰ ਸ਼ਮਾਰ ਬੜਾ ਰਿਹਾ ਤਾਂ ਉਹ ਗੱਲ ਠੀਕ ਠਾਕ ਰਿਹਾ ਤਾਂ ਉਹਦੀ ਸਿਹਤ ਚੰਗੀ ਹੋਣੀ ਆ ਵੈਸੇ ਉਹ ਮਿਲਣ ਵਾਸਤੇ ਜੂ ਕਹਿੰਦਾ ਬਹੁਤ ਯਾਦ ਕਰਦਾ ਤਾਂ ਮਿਲਣ ਨੂੰ ਕਹਿੰਦਾ ਫਟਾਫਟ ਬਿਮਾਰ ਫਟਾਫਟ ਮਿਲ ਜੀ ਉਂਝ ਵਿਛੜ ਗਏ ਤੋਤੇ ਵਿਛੜੇ ਡਾਰੋ ਭਾਈਆਂ ਨਾਲ ਪਾਈ ਵਿਛੜ ਗਏ ਕਰਮ ਜਨਾ ਦੇ ਮਾੜੇ ਮਾਮਾ ਨਾਲੋਂ ਤੀਆਂ ਵਿਛੜ ਗਈਆਂ ਕਰਮ ਜਨਾ ਦੇ ਮਾੜੇ ਮੈਨੂੰ ਨਹੀਂ ਯਾਦ ਰਿਹਾ ਵੀ ਕੋਈ ਲੌਂਗਾਂ ਦੀ ਬਾੜੇ ਗਾਡਾ ਜੰਝ ਬੇੜੇ ਨੂੰ ਆਈ ਲੌਂਗਾਂ ਦੀ ਬਾੜੇ ਗਾਡਾ ਜੰਝ ਬੇੜੇ ਨੂੰ ਆਈ ਅਮਦੀ ਨੂੰ ਆਵਣੀ ਦੇ ਬਾਬਰ ਸੱਦੇ ਬੁਲਾਈ ਲੌਂਗਾਂ ਦੀ ਬਾੜੇ ਗਾਡਾ ਜੰਝ ਬੇੜੇ ਨੂੰ ਆਈ ਅਮਦੀ ਨੂੰ ਅਮਣੀ ਦੇਵਾ ਨੂਰਮਾ ਸੱਦੇ ਬਲਾਈ ਲਓ ਜੀ ਦੋਸਤੋ ਬਾਬੇ ਮੁਬਾਰਕ ਉਹਨਾਂ ਨਾਲ ਗੱਲ ਹੋਈ ਉਹ 1947 ਦੇ ਵਡਾਂਗੇ ਦੇ ਟਾਈਮ ਹਾਲਾਤ ਖਰਾਬ ਹੋਏ ਖਾਨਦਾਨ ਵਿਛੜਿਆ 70 ਸਾਲ ਹੋ ਗਏ ਖਾਨਦਾਨ ਨਹੀਂ ਮਿਲ ਸਕਿਆ 72 ਸਾਲ 17-72 ਸਾਲਾਂ 'ਚ ਨੌਵਾਂ ਭਾਈਆਂ ਦੇ ਵਿੱਚੋਂ ਇੱਥੇ ਆ ਕੇ 7 ਭਾਈ ਫੌਤ ਹੋ ਗਏ ਮਾਂ ਮਰ ਗਈ ਬਾਪ ਤਾਂ ਪਹਿਲਾਂ ਹੀ ਮਰ ਗਿਆ ਸੀ ਹੁਣ ਦੋਵੇਂ ਭਾਈ ਜਿੰਦਾ ਦੋਨੇ ਭਾਈ ਇੱਕ ਦੂਸਰੇ ਨੂੰ ਮਿਲਣ ਵਾਸਤੇ ਤਰਸਦੇ ਆ ਇੱਕ ਦੂਸਰੇ ਦੇ ਬੱਚਿਆਂ ਨੂੰ ਨਹੀਂ ਮਿਲ ਸਕੇ ਅਸੀਂ ਅੱਜ ਇਸ ਵੀਡੀਓ ਦੇ ਥਰੂ ਦੋਨਾਂ ਗੌਰਮੈਂਟਾਂ ਨੂੰ ਦਰਖਾਸਤ ਕਰਦੇ ਹਾਂ ਜਿਹੜੇ ਮੁੱਦਤਾਂ ਦੇ ਵਿਛੜੇ ਹੋਏ ਲੋਕ ਉਹਨਾਂ ਨੂੰ ਮਿਲਣ ਵਾਸਤੇ ਵੀਜ਼ਿਆਂ 'ਚ ਆਸਾਨੀ ਕੀਤੀ ਜਾਵੇ ਤਾਂ ਕਿ ਜਿਹੜੇ ਖਾਨਦਾਨ ਵਿਛੜੇ ਉਹ ਖਾਨਦਾਨ ਇੱਕ ਦੂਸਰੇ ਨੂੰ ਮਿਲ ਸਕਣ ਅਸਲਾਮ ਵਾਲੇਕੁਮ